ਅੱਜ ਸਵੇਰੇ 6 ਵਜੇ ਤੋਂ ਹੀ ਸਾਡੇ ਭਪਿੰਦਰ ਸਿੰਘ ਜੀ ਵੈਦਵਾਲਾ ਦੀ ਟੀਮ ਤੇ ਕਮਲ ਰੰਧਾਵਾ ਇਹਨਾਂ ਨੇ ਆ ਕੇ ਸਵੇਰੇ 6 ਵਜੇ ਤੋਂ ਰੋਡਵੇਜ ਦਾ ਜੋ ਬੱਸਾਂ ਸੀ ਬਾਹਰ ਨਹੀਂ ਨਿਕਲਣ ਦਿੱਤੀਆਂ ਤੇ ਇਹ ਸੜਕ ਬੰਦ ਕੀਤੀ ਆ ਤੇ ਸਬਜ਼ੀ ਮੰਡੀ ਦੇ ਵਿੱਚ ਜਾ ਕੇ ਜੋ ਸਬਜ਼ੀ ਹੈ 6 ਵਜੇ ਤੋਂ ਸਬਜ਼ੀ ਮੰਡੀ ਬੰਦ ਹੈ ਸਾਰਾ ਕੁਝ ਬੰਦ ਹੈ ਪੁੱਛੇ ਜੀ ਤੇ ਸਰ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਪੂਰੇ ਸ਼ਹਿਰ ਦੇ ਵਿੱਚ ਅਪੀਲ ਹੈ ਤੇ ਸਰ ਕੀ ਰਹੇਗਾ ਅੱਗੇ ਪੂਰਾ ਦਿਨ ਬੰਦ ਰਹੂਗਾ ਪੂਰੇ ਸਾਥੀਆਂ ਦਾ ਸਹਿਯੋਗ ਹੈ ਸਰ ਫਿਰ ਵੀ ਅੱਜ ਦੀ ਜੇ ਹੜਤਾਲ ਤੋਂ ਬਾਅਦ ਅੱਗੇ ਕੀ ਰਣਨੀਤੀ ਅੱਗੇ ਜੋ ਸਾਡੀ ਕਿਸਾਨ ਨੇਤਾਵਾਂ ਦੀ ਜਿਹਦੀ ਲਿਖੋਗੇ ਉਹ ਸਾਰੇ ਆਉਣਗੇ ਜੋ ਸੰਯੁਕਤ ਕਿਸਾਨ ਮੋਰਚਾ ਦਾ ਆਹਵਾਨ ਹੈ ਦੁਕਾਨਾਂ ਵਗੈਰਾ ਸਾਰੇ ਸਭ ਕੁਝ ਬੰਦ ਹਾਂਜੀ ਠੀਕ ਹੈ